ਵੀਰ ਜੀ, ਸੁਰਖਾਬ ਨੇ ਆਪਣੀ ਸਿਮਰਨ ਨਾਲ ਵਿਆਹ ਕਰਾਉਣ ਵਾਸਤੇ ਹਾਂ ਕਰ ਦਿੱਤੀ ਹੈ। ਇੱਕ ਕੁਆਰੇ ਜਵਾਨ ਮੁੰਡੇ ਨੇ ਇੱਕ ਵਿਧਵਾ ਨਾਲ ਵਿਆਹ ਕਰਾਇਆ ਤੇ ਦਾਜ 'ਚ ਇੱਕ ਬੱਚਾ ਆਇਆ। ਮੈਂ ਸਿਮਰਨ ਨਾਲ ਵਿਆਹ ਕਰਨ ਦਾ ਫੈਸਲਾ। ਤੁਸੀਂ ਮੇਰੇ ਮਾਂ ਤੇ ਮੈਂ ਤੁਹਾਡੀ ਧੀ ਹੈ। ਤੂੰ ਫਿਕਰ ਨਾ ਕਰ ਮੰਨਿਆ, ਮੇਰਾ ਨਵਾਂ ਡਰਾਮਾ ਵੇ, ਤੁਹਾਡੀ ਜ਼ਿੰਦਗੀ ਦਾ ਸਵਾਲ ਹੈ। ਇਸ ਕਰਕੇ ਤੁਹਾਨੂੰ ਦੱਸ ਰਿਹਾ ਕਿ ਜਿਸ ਮੁੰਡੇ ਸੁਰਖਾਬ ਨਾਲ ਤੁਸੀਂ ਵਿਆਹ ਕਰਨ ਬਾਰੇ ਸੋਚ ਰਹੇ ਹੋ, ਉਹ ਸੁਰਖਾਬ ਦਾ ਤਾਂ ਕਿਸੇ ਹੋਰ ਕੁੜੀ ਨਾਲ ਚੱਕਰ ਚੱਲ ਗਿਆ। ਹਮਦਰਦੀ ਕਰਕੇ ਸਰ ਜੀ, ਹਮਦਰਦੀ ਕਰਕੇ। ਨਹੀਂ, ਸਿਰਫ ਹਮਦਰਦੀ ਕਰਕੇ ਨਹੀਂ, ਇੱਕ ਸੋਹਣਾ ਸੁਨੱਖਾ, ਉੱਚਾ ਲੰਮਾ ਤੇ ਅਮੀਰ ਪਿਓ ਦਾ ਕੱਲਾ ਕੱਲਾ ਮੁੰਡਾ ਕਿਸੇ ਵਿਧਵਾ ਨਾਲ ਵਿਆਹ ਨਹੀਂ ਕਰਾਉਂਦਾ। ਵਰਿੰਦਰ, ਮੈਨੂੰ ਤੇਰੀ ਇਹ ਗੱਲ ਜਚੀ ਨਹੀਂ। ਇੱਕ ਸੁਰਖਾਬ ਨਾਂ ਦਾ ਮੁੰਡਾ ਇੰਗਲੈਂਡ ਤੋਂ ਆਇਆ ਤੇ ਥੋੜੇ ਦਿਨਾਂ ਬਾਅਦ ਹੀ ਉਹਦੇ ਦਾਦੇ ਤੇ ਗੋਲੀ ਚੱਲੀ ਜਾਂਦੀ। ਪਰ ਜ਼ਰੂਰੀ ਥੋੜ੍ਹਾ ਹੈ ਗੋਲੀ ਸੁਰਖਾਬ ਨੇ ਚਲਾਈ ਹੋਵੇ। ਬੈਠ। ਦੇਖ ਵਰਿੰਦਰ, ਇਹਦੇ ਪਿੱਛੇ ਸਿੱਧਾ ਸਿੱਧਾ ਦੋ ਬੰਦਿਆਂ ਨੂੰ ਫਾਇਦਾ ਹੈ। ਨੰਬਰ ਇੱਕ ਤੇ ਮਹਿੰਦਰ ਸਿੰਘ, ਸੁਰਖਾਬ ਦਾ ਚਾਚਾ। ਪਰ ਜਦ ਗੋਲੀ ਚੱਲੀ ਤੇ ਚਾਚਾ ਤਾਂ ਦਾਦੇ ਨਾਲ ਹੀ ਸੀ। ਦੂਸਰਾ ਸਰ, ਸੁਰਖਾਬ ਆਪਣੇ ਦਾਦੇ ਨੂੰ ਮਾਰ ਕੇ ਉਹਦੀ ਸਾਰੀ ਜ਼ਮੀਨ ਜਾਇਦਾਦ ਸਾਂਭਣੀ ਚਾਹੁੰਦਾ ਹੈ, ਇਹ ਗੱਲ ਤਾਂ ਮੇਰੇ ਸਮਝ ਆਉਂਦੀ ਹੈ। ਪਰ ਉਹ ਇੱਕ ਵਿਧਵਾ ਨਾਲ ਵਿਆਹ ਕਰਾ ਕੇ ਉਹਦੇ ਚੋਂ ਕੀ ਕੱਢਣਾ ਚਾਹੁੰਦਾ, ਉਹਦਾ ਮਕਸਦ ਕੀ ਹੈ, ਇਹ ਗੱਲ ਮੇਰੇ ਸਮਝ 'ਚ ਨਹੀਂ ਆਉਂਦੀ। ਆਖਰ ਹੋਇਆ ਕੀ, ਐਸੀ ਕਿਹੜੀ ਗੱਲ ਹੋ ਗਈ ਜਿਸ ਕਰਕੇ ਸੁਰਖਾਬ ਨੇ ਰੂਪੀ ਨੂੰ ਛੱਡ ਕੇ ਸਿਮਰਨ ਨਾਲ ਵਿਆਹ ਕਰਨ ਦਾ ਫੈਸਲਾ ਕਰ ਲਿਆ? ਕਿਉਂ? ਆਖਰ ਕਿਉਂ ਕੀਤਾ ਇਹ ਸੁਰਖਾਬ ਨੇ? ਸਤਿ ਸ਼੍ਰੀ ਅਕਾਲ ਸਰਦਾਰ ਜੀ, ਸਤਿ ਸ਼੍ਰੀ ਅਕਾਲ ਸਰਦਾਰ ਜੀ। ਆਹ ਇੱਥੇ ਬੈਠ। ਉਹ ਨਹੀਂ, ਮੈਂ ਸਰਦਾਰ ਠੀਕ ਹੈ, ਇੱਥੇ ਬੈਠ। ਤੈਨੂੰ ਕਿਹਾ, ਹੁਕਮ ਕਰ ਸਰਦਾਰ। ਫਿਨਿਆ, ਇੱਕ ਗੱਲ ਦੱਸ, ਆਪਣਾ ਸੁਰਖਾਬ ਹੈ ਨਾ, ਉਹਦੇ ਨਾਲ ਕੋਈ ਗੱਲ ਹੋਈ? ਮੈਨੂੰ ਕੀ ਪਤਾ ਸਰਦਾਰਾ। ਤੂੰ 24 ਘੰਟੇ ਦੇ ਨਾਲ ਰਹਿੰਦਾ,
ਤੈਨੂੰ ਤਾਂ ਪਤਾ ਹੋਏਗਾ ਹੀ। ਆਖਰ ਕਿਉਂ ਫੈਸਲਾ ਕੀਤਾ ਸੁਰਖਾਬ ਨੇ ਰੂਪੀ ਨੂੰ ਛੱਡ ਕੇ ਸਿਮਰਨ ਨਾਲ ਵਿਆਹ ਕਰਨਾ? ਰੂਪੀ ਨਾਲ ਕੋਈ ਝਗੜਾ ਹੋਇਆ ਤਾਂ ਜੋ ਉਹਦੇ ਸਿਰ ਚੜ ਕੇ ਇੱਕ ਵਿਧਵਾ ਨਾਲ ਵਿਆਹ ਕਰਾਉਣ ਲੱਗੇ? ਕਿਉਂ ਸਰਦਾਰ, ਵਿਧਵਾ ਨਾਲ ਵਿਆਹ ਕਰਾਉਣਾ ਕੋਈ ਮਾੜੀ ਗੱਲ? ਉਦਣ ਜੀਤੇ ਨੂੰ ਤਾਂ ਬੜੀ ਸ਼ਾਬਾਸ਼ੀ ਦੇਣ ਡਿਆ ਸੀ ਕਿ ਉਹਨੇ ਆਪਣੀ ਵਿਧਵਾ ਭਰਜਾਈ ਨਾਲ ਵਿਆਹ ਕਰਾ ਕੇ ਬੜੇ ਪੁੰਨ ਦਾ ਕੰਮ ਕੀਤਾ, ਬੜਾ ਵੱਡਾ ਕੰਮ ਕੀਤਾ। ਅਤੇ ਅੱਜ ਜਦੋਂ ਤੇਰਾ ਦੋਹਤਰ ਇੱਕ ਵਿਧਵਾ ਨੂੰ ਅਪਣਾਉਣ ਲੱਗਾ ਹੈ, ਤੈਨੂੰ ਬੁਰਾ ਲੱਗਾ ਹੈ? ਮੈਨੂੰ ਮਾੜਾ ਨਹੀਂ ਕਹਿੰਦਾ, ਇਹ ਤਾਂ ਸਗੋਂ ਭਲੇ ਦਾ ਕੰਮ ਹੈ। ਮੈਂ ਤਾਂ ਕਾਰਨ ਜਾਣਨਾ ਚਾਹੁੰਦਾ ਜਿਹਦੇ ਕਰਕੇ ਸੁਖਾਬ ਨੇ ਏਡਾ ਵੱਡਾ ਫੈਸਲਾ ਲਿਆ। ਸਰਦਾਰਾ ਭਲਾ ਮੈਨੂੰ ਦੱਸ ਕੀ ਪਤਾ ਹੈ, ਤੇ ਸਰਕਾਰ ਵੀ ਜਾਣਦਾ। ਚੰਗਾ ਮੈਂ ਚੱਲ, ਸਤਿ ਸ੍ਰੀ ਅਕਾਲ। ਇਹ ਵੀ ਸੁਖਾਬ ਨਾਲ ਰਾਇਆ, ਨਾ ਉਹ ਦੱਸੇਗਾ ਨਾ ਇਹ ਦੱਸੇਗਾ, ਪਰ ਮੈਂ ਪਤਾ ਕਰਕੇ ਦਮ ਲਵਾਂਗਾ। ਹਾਂ ਰੂਪੀ, ਰੂਪੀ ਨੂੰ ਤਾਂ ਪਤਾ ਹੋਵੇਗਾ ਹੀ, ਆਖਰ ਉਹਦਾ ਵੀ ਪਿਆਰ ਟੁੱਟਿਆ ਹੈ, ਉਹ ਮੇਰੀ ਬੇਬੀ ਧੀ ਹੈ, ਉਹ ਮੈਨੂੰ ਜ਼ਰੂਰ ਦੱਸੇਗੀ। ਹਾਂ ਮੈਂ ਉਹਦੇ ਤੋਂ ਪਤਾ ਕਰਦਾ। ਹੈਲੋ ਸੁਰਖਾਬ, ਤੁਸੀਂ ਤੁਸੀਂ ਕਦੋਂ ਆਏ? ਬਸ ਜਦੋਂ ਤੂੰ ਦੇਖਿਆ। ਆਓ ਬੈਠ। ਕੀ ਪੀਓ? ਨਥਿੰਗ, ਮੈਨੂੰ ਕੁਛ ਨਹੀਂ ਚਾਹੀਦਾ। ਬਸ ਮੈਂ ਤਾਂ ਇੱਧਰੋਂ ਲੰਘ ਰਿਹਾ ਸੀ, ਮੈਂ ਸੋਚਿਆ ਚਲੋ ਦੇਖਦੇ ਚੱਲੀਏ ਬਲੈਤੀ ਬਾਬੂ ਕੀ ਗੁਲ ਖਿਲਾ ਰਿਹਾ। ਮੈਂ ਆਫਟਰ ਆਲ ਤੂੰ ਸਾਡੇ ਦੇਸ਼ ਵਿੱਚ ਮਹਿਮਾਨ ਹੈ। ਹੋਰ ਸੁਣਾ ਕੀ ਚੱਲ ਰਿਹਾ? ਕੁਝ ਨਹੀਂ, ਮੈਂ ਤਾਂ ਵੈਸੇ ਵਿਹਲਾ ਬੈਠਾ ਸੀ। ਉਹ ਸੱਚ ਦਾਦਾ ਜੀ ਤੇ ਗੋਲੀ ਚਲਾਉਣ ਵਾਲੇ ਦਾ ਪਤਾ ਚੱਲਿਆ ਕੁਛ? ਮੈਂ ਉਸੇ ਸਿਲਸਿਲੇ ਵਿੱਚ ਇੱਧਰ ਆਇਆ ਸੀ, ਮੈਂ ਸੋਚਿਆ ਚਲੋ ਜਾਂਦੇ ਜਾਂਦੇ ਮੁਜਰਮ ਨੂੰ ਮਿਲਦੇ ਚੱਲਦੇ ਹਾਂ। ਮੁਜਰਮ? ਮੈਂ 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 ਤਾਂ ਕੀ ਕਰੀਏ ਯਾਰ, ਅਸੀਂ ਪੁਲਿਸ ਵਾਲੇ ਹਰ ਇੱਕ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਾਂ, ਸਾਡਾ ਕੰਮ ਹੀ ਐਸਾ, ਇਟਸ ਪਾਰਟ ਆਫ ਆਰ ਡਿਊਟੀ। ਹਜੇ ਤਾਂ ਨਹੀਂ ਪਰ ਫੜਿਆ ਜ਼ਰੂਰ ਜਾਊਗਾ। ਸੁਖਾਬ ਤੈਨੂੰ ਤਾਂ ਸ਼ਾਇਦ ਪਤਾ ਹੀ ਹੈ ਕਿ ਮੁਜਰਮ ਜਿੰਨੀ ਮਰਜ਼ੀ ਹੁਸ਼ਿਆਰੀ ਭਾਵੇਂ ਕਿਉਂ ਨਾ ਕਰ ਲੇ, ਕੋਈ ਸੁਰਾਗ ਕੋਈ ਸਬੂਤ ਵੀ ਨਾ ਛੱਡੇ ਭਾਵਾਂ, ਪਰ ਇਨਸਾਨ ਦੀ ਫਿਦਰਤ ਐਸੀ ਹੈ ਉਹ ਇੱਕ ਨਾ ਇੱਕ ਦਿਨ ਆਪਣਾ ਗੁਨਾਹ ਜ਼ਰੂਰ ਕਬੂਲ ਕਰਦਾ ਹੈ। ਕਦੇ ਨਾ ਕਦੇ
ਕੋਈ ਨਾ ਕੋਈ ਸੁਰਾਗ ਸਾਡੇ ਹੱਥ ਲੱਗ ਹੀ ਜਾਂਦਾ। ਤੇਰੇ ਦਾਦਾ ਜੀ ਨੇ ਤਾਂ ਸਾਫ ਮਨਾ ਕਰਤਾ ਵੀ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਤੇ ਨਾ ਹੀ ਉਹਨਾਂ ਨੂੰ ਕਿਸੇ 'ਤੇ ਕੋਈ ਸ਼ੱਕ ਹੈ। ਫਿਰ ਮੈਂ ਸੋਚਿਆ ਚਲੋ ਸਰਕਾਰ ਤੋਂ ਪੁੱਛਦੇ ਜਾਂਦੇ ਹਾਂ ਤੈਨੂੰ ਕਿਸੇ 'ਤੇ ਕੋਈ ਸ਼ੱਕ ਜਾਂ ਇੱਦਾਂ ਦਾ ਕੋਈ ਦੁਸ਼ਮਣ ਜਿਹੜਾ ਤੇਰੇ ਦਾਦਾ ਜੀ ਨੂੰ ਮਾਰ ਸਕਦਾ ਹੋਵੇ ਜਾਂ ਤੇਰੇ ਦਾਦਾ ਜੀ ਨੂੰ ਮਾਰਨ ਦੀ ਹਿੰਮਤ ਵੀ ਰੱਖਦਾ ਹੋਵੇ। ਮੇਰੇ ਖਿਆਲ 'ਚ ਤਾਂ ਕੋਈ ਨਹੀਂ, ਐਸਾ ਕੋਈ ਨਹੀਂ। ਦਾਦਾ ਜੀ ਤਾਂ ਬੜੇ ਮਿਲਨਸਾਰ ਨੇ, ਉਹਨਾਂ ਦਾ ਕੋਈ ਦੁਸ਼ਮਣ ਨਹੀਂ ਹੋ ਸਕਦਾ, ਉਹ ਤਾਂ ਬੜੇ ਮਿੱਠੇ ਨੇ। ਕਈ ਵਾਰੀ ਲੋਕਾਂ ਨੂੰ ਮਿੱਠਾ ਪਸੰਦ ਨਹੀਂ ਹੁੰਦਾ ਤੇ ਉਹ ਕੌੜੇ ਬੰਦੇ ਆਪ ਮਿੱਠਾ ਹੋਣ ਦਾ ਢੌਂਗ ਕਰਕੇ ਮਿੱਠੇ ਬੰਦੇ ਨੂੰ ਖਤਮ ਕਰਨਾ ਚਾਹੁੰਦੇ ਨੇ। ਲੈ ਜੀ ਮਿੱਠੀ ਮਿੱਠੀ ਗੱਲ ਤੇ ਮਿੱਠੀ ਮਿੱਠੀ ਚਾਹ ਪੀ ਲਓ। ਲੈ ਚਾਚਾ ਚਾਹ, ਇਹ ਬਹੁਤ ਚੰਗਾ ਕੀਤਾ, ਇਹ ਚੰਗਾ ਕੀਤਾ। ਮੈਂ ਗਿਆ ਠੰਡਦਾਰ ਸਾਹਿਬ ਪਹਿਲੀ ਵਾਰੀ ਲੀ ਆਏ ਆ, ਸੁੱਚੇ ਮੂੰਹ ਥੋੜਾ ਜਾਣ ਦਿਆ। ਸੋਰੀ ਸੁਖਾ, ਮੈਂ ਚਾਹ ਨਹੀਂ ਪੀਂਦਾ। ਹਾਂ ਸੱਚ, ਤੁਹਾਡੇ ਕੋਲ ਡਾਕਟਰ ਦੀ ਰਿਪੋਰਟ ਪਈ ਹੋਣੀ ਹੈ ਦਾਦਾ ਜੀ ਵਾਲੀ? ਹਾਂਜੀ ਹੈਗੀ, ਦਿਓਗੇ ਮੈਨੂੰ? ਥਾਣੇਦਾਰ ਸਾਹਿਬ ਉਹ ਰਿਪੋਰਟ ਤਾਂ ਜੇ ਨਹੀਂ ਮਿਲੀ ਤਾਂ ਕੋਈ ਪ੍ਰੋਬਲਮ ਨਹੀਂ, ਮੈਂ ਕਦੇ ਲੰਘਦਾ ਵੜਦਾ ਫਿਰ ਲੈ ਜੂਗਾ। ਠੀਕ ਹੈ, ਮੈਂ ਚੱਲਦਾ। ਓਕੇ, ਟੇਕ ਕੇਅਰ। ਡੈਡੀ ਕਿਤੇ ਥੋੜੇ ਘਰ ਤਾਂ ਨਹੀਂ ਲੈ ਗਿਆ? ਫੋਨ ਤਾਂ ਮੈਂ ਉਸੇ ਦਿਨ ਕਰ ਦਿੱਤਾ ਸੀ, ਪਤਾ ਨਹੀਂ ਤੇਰੇ ਪਾਪਾ ਆਏ ਕਿਉਂ ਨਹੀਂ। ਤੇਰੀ ਭੂਆ ਕਹਿ ਰਹੀ ਸੀ ਅਸੀਂ ਆ ਰਹੇ ਹਾਂ। ਮੈਨੂੰ ਲੱਗਦਾ ਪਾਪਾ ਨੂੰ ਜ਼ਰੂਰ ਕੋਈ ਜ਼ਰੂਰੀ ਕੰਮ ਪੈ ਗਿਆ ਹੋਣਾ, ਨਹੀਂ ਉਹ ਤਾਂ ਦੌੜੇ ਚਲੇ ਆਂਦੇ ਬੀਜੀ। ਹਾਂ ਭੈਣ ਤੇਜ ਕੌਰ ਜੀ, ਬਹੁਤ ਬਹੁਤ ਵਧਾਈਆਂ, ਕੁੜੀ ਦੀ ਮਾਂ ਨੂੰ ਵਧਾਈ ਹੋਵੇ। ਜੀ ਆਇਆਂ ਨੂੰ, ਜੀ ਚੜ ਕੇ ਆਈ ਨੀ ਮੇਰੀ ਬੁੱਗਣੀ। ਬਹੁਤ ਬਹੁਤ ਵਧਾਈਆਂ ਤੁਹਾਨੂੰ। ਤੁਸੀਂ ਵੀ ਵਧੋ ਭਰਾ ਜੀ, ਅਸੀਂ ਹੁਣੇ ਤੁਹਾਡੀਆਂ ਹੀ ਗੱਲਾਂ ਕਰ ਰਹੇ ਸੀ। ਆਉਣਾ ਤਾਂ ਅਸੀਂ ਉਸੇ ਦਿਨ ਸੀ ਭੈਣ ਜੀ, ਪਰ ਵੀਰ ਜੀ ਨੂੰ ਜ਼ਰੂਰੀ ਕੰਮ ਪੈ ਗਿਆ। ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ? ਬਸ ਉਹੀ ਵੇਲਾ ਭਲਾ ਜਿਹੜਾ ਬੀਜਾ ਹੈ ਮਾਵਾਂ ਧੀਆਂ ਦਾ। ਹੁਣ ਦੇਖੋ ਨਾ, ਜਦੋਂ ਦਾ ਸੁਰਖਾ ਵਿਆਹ ਦੀ ਗੱਲ ਪੱਕੀ ਕਰਕੇ ਗਿਆ, ਮੇਰੇ ਤਾਂ ਦਿਨ ਹੀ ਬੀਤਣ 'ਚ ਨਹੀਂ ਆਉਂਦੇ। ਬਸ ਇਹੀ ਉਡੀਕਦੀ ਹਾਂ ਉਹ ਕਿਹੜੀ ਘੜੀ ਆਵੇ ਜਦੋਂ ਸਿਮਰਨ ਲਾਲ ਜੋੜਾ ਪਾ ਕੇ ਬੈਠੇ। ਜੇ ਮੁੰਡੇ ਨੇ ਹਾਂ ਕਰ ਦਿੱਤੀ ਭੈਣ ਜੀ ਤੇ ਤਰੀਕ ਵੀ ਪੱਕੀ ਸਮਝੋ। ਹੋਰ ਕੀ ਭੈਣ ਜੀ, ਨਾਲੇ ਬਾਹਰਲੇ ਮੁੰਡੇ ਨੀ ਬਹੁਤਾ ਟਾਈਮ ਪਾਉਂਦੇ ਹੁੰਦੇ, ਪਤਾ ਨੀ ਕਦੋਂ ਆ ਕੇ ਕਹਿ ਦੇਵੇ ਵੀ ਕੱਲ ਹੀ ਮੇਰੇ ਤਾਂ ਫੇਰੇ ਕਰਾਓ। ਆਪਾਂ ਨੂੰ ਪੂਰੀ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ। ਵੀਰਾ ਠੀਕ ਕਹਿੰਦੀ ਹੈ ਭੈਣ ਜੀ, 100 ਕੰਮ ਹੁੰਦੇ ਆ ਵਿਆਹ ਦੇ। ਤੁਸੀਂ ਇਸ ਤਰ੍ਹਾਂ ਕਰੋ, ਸੁਰਖਾਬ ਕੋਲੋਂ ਤਾਰੀਖ ਪੁੱਛ ਕੇ ਨਾ ਮੈਨੂੰ ਦੱਸ ਦੇਣਾ, ਮੈਂ ਸਾਰਾ ਕੁਝ ਬੁੱਕ ਕਰਾ ਆਵਾਂਗਾ। ਠੀਕ ਹੈ, ਮੈਂ ਸੁਰਖਾਬ ਨੂੰ ਫੋਨ ਕਰਕੇ ਪ੍ਰੋਗਰਾਮ ਪੁੱਛ ਲੈਂਦੀ ਹਾਂ। ਹਾਂ ਸੱਚ ਭੈਣ ਜੀ, ਹੈ ਤਾਂ ਮੈਂ ਬੰਦਾ ਮਾੜਾ ਜਿਹਾ ਪਰ ਜੋ ਵੀ ਆ ਤਿਲ ਫੁਲ ਥੋੜੇ ਜਿਹੇ ਪੈਸੇ ਇਹ ਰੱਖ ਲਓ। ਭਰਾ ਜੀ ਮੈਂ ਇਸ ਕਰਕੇ ਫੋਨ ਤੈਨੂੰ ਸੀ ਕੀਤਾ ਤੁਹਾਨੂੰ। ਓਹੋ ਰੱਖ ਲਓ ਭੈਣ ਜੀ, ਸਿਮਰਨ ਤੁਹਾਡੀ ਵੀ ਧੀ ਹੈ ਪਰ ਸਾਡਾ ਵੀ ਤਾਂ ਕੁਛ ਫਰਜ਼ ਬਣਦਾ ਹੀ ਹੈ ਨਾ।
ਨਾਲੇ ਧੀਆਂ ਨੂੰ ਦਿੱਤਾ ਦਾਨ ਵਾਧਾ ਹੀ ਹੁੰਦਾ, ਵਿਰਥਾ ਨਹੀਂ ਜਾਂਦਾ। ਆ ਲਓ ਰੱਖੋ ਤੁਸੀਂ। ਹਾਂ ਰੱਖੋ ਰੱਖੋ ਪਲੀਜ਼। ਨਾਲੇ ਹੋਰ ਵੀ ਜੇ ਕੋਈ ਸੇਵਾ ਹੋਏ ਨਾ ਭੈਣ ਜੀ ਜ਼ਰੂਰ ਦੱਸਣਾ, ਜਿੰਨੇ ਜੋਗੇ ਹੋਵਾਂਗੇ ਜ਼ਰੂਰ ਕਰਾਂਗੇ। ਕਿੱਦਾਂ ਦੀਆਂ ਗੱਲਾਂ ਕਰਦੇ ਹੋ ਭਰਾ ਜੀ, ਸਿਮਰਨ ਤੁਹਾਡੀ ਧੀ ਹੈ ਤੇ ਤੁਸੀਂ ਕਰਨਾ ਸਭ ਕੁਛ ਉਹਦਾ। ਹੁਣ ਤੇ ਬਸ ਮੈਂ ਇਹੀ ਉਡੀਕਦੀ ਹਾਂ, ਸੁਰਖਾ ਵਿਆਹ ਦੀ ਤਰੀਕ ਦੱਸੇ ਤੇ ਅਸੀਂ ਕੰਮਕਾਰ ਸ਼ੁਰੂ ਕਰੀਏ। ਜੋ ਵੀ ਪ੍ਰੋਗਰਾਮ ਬਣੇ ਨਾ ਤੇ ਮੈਨੂੰ ਜ਼ਰੂਰ ਦੱਸਣਾ, ਫਿਰ ਉਸ ਵੇਲੇ ਮੈਂ ਵੀਰਾਂ ਨੂੰ ਇੱਥੇ ਛੱਡ ਜਾਵਾਂਗਾ ਤੁਹਾਡੀ ਮਦਦ ਕਰਦੇ। ਕੀ ਪਾਪਾ ਤੁਸੀਂ ਭੂਆ ਜੀ ਨੂੰ ਇੱਥੇ ਅੱਜ ਹੀ ਛੱਡ ਜਾਓ ਨਾ ਪਲੀਜ਼। ਠੀਕ ਹੈ। ਸੁਰਖਾਵ ਸਾਰੀ ਡੈਰੀ ਖਾ ਲਈ, ਪਰ ਜਦੋਂ ਮੈਂ ਸੁਰਖਾਵ ਦੇ ਘਰ ਗਿਆ ਹੁਣ ਤਾਂ ਇਸੇ ਡੈਰੀ ਵਿੱਚ ਕੁਛ ਲਿਖਿਆ ਸੀ, ਜ਼ਰੂਰ ਕੋਈ ਚੱਕਰ। ਮੈਂ ਬਦਲ ਦਿੱਤੀ ਸੀ ਡੈਰੀ, ਥਾਣੇਦਾਰ ਡੈਰੀ ਵਾਲੇ ਚੱਕ ਹੀ ਜਾਂਦਾ ਸੀ। ਮੇਰਾ ਨਾਂ ਵੀ ਉਸਤਾਦ ਫੀ ਦੇਖਾ ਹੈ, ਚਾਹ ਦੇਣ ਦੇ ਬਹਾਨੇ ਆ ਕੇ ਡੈਰੀ ਬਦਲ ਗਿਆ ਸੀ। ਸਰਦਾਰ ਇੱਕ ਗੱਲ ਦੱਸ ਮੈਨੂੰ, ਉਹਨਾਂ ਤੈਨੂੰ ਲੋੜ ਕੀ ਪਈ ਹੈ ਕਿ ਹਰ ਇੱਕ ਗੱਲ ਨੂੰ ਤਰੀਕਾ ਪਾ ਪਾ ਕੇ ਡੈਰੀ ਦੇ ਵਿੱਚ ਲਿਖਣ ਦੀ? ਹੈਂ ਸਰਦਾਰਾ ਮੇਰੇ ਹੱਥ ਜੋੜੇ, ਆਪਣੀ ਇਸ ਆਦਤ ਨੂੰ ਬਦਲ, ਨਹੀਂ ਤੇ ਰਗੜਿਆ ਜਾਏਗਾ ਕਿਸੇ ਦਿਨ। ਉਹ ਸਰਦਾਰਾ ਮੈਂ ਤਾਂ ਕਹਿੰਦਾ ਇਸ ਡੈਰੀ ਨੂੰ ਅੱਗ ਲਾ ਕੇ ਜਿਸ ਸਵਾਹ ਨੂੰ ਕਿਸੇ ਖੂਹ ਖਾਤੇ ਦੇ ਵਿੱਚ ਸੁੱਟ ਗਿਆ ਸਿਰਫ ਮਕਾ ਆਪਣਾ। ਬਾਕੀ ਸਰਦਾਰਾ ਮੈਨੂੰ ਇੱਕ ਗੱਲ ਦਾ ਪੱਕਾ ਯਕੀਨ ਆ, ਥਾਣੇਦਾਰ ਨੂੰ ਤੇਰੇ ਤੇ ਪੂਰਾ ਸ਼ੱਕ ਆ। ਲੈ ਗਿਆ ਇਹ ਤੇ ਸਰਦਾਰਾ, ਮੈਂ ਉਹਦੀ ਨਜ਼ਰ ਨੂੰ ਪਛਾਣ ਲਿਆ, ਤਾੜ ਲਿਆ, ਨਹੀਂ ਤੇ ਹੁਣ ਤੱਕ ਉਹਨੇ ਤੇਰੀ ਸਾਰੀ ਰਾਮ ਕਹਾਣੀ ਨੂੰ ਪੜ੍ਹ ਲੈਣਾ ਸੀ। ਹਾਂ ਸਰਦਾਰਾ ਮੈਂ ਤੇ ਕਹਿੰਦਾ ਵੀ ਇਸ ਡੈਰੀ ਦਾ ਯੱਬ ਹੀ ਬਕਾ, ਨਹੀਂ ਤੇ ਇਹ ਡੈਰੀ ਕਿਸੇ ਨਾ ਕਿਸੇ ਦਿਨ ਕੋਈ ਬਖੇੜਾ ਖੜਾ ਕਰੂ। ਹਾਂ ਕੋਲੋਂ ਜਿਹੜਾ ਬਚ ਬਚਾ ਕਰੇ ਇਹਦੇ ਚ। ਹੈਲੋ ਪਾਪਾ, ਹਾਊ ਆਰ ਯੂ? ਹਾਂਜੀ ਮੈਂ ਠੀਕ ਹਾਂ। ਅੱਛਾ ਰੀਅਲੀ? ਓ ਦੈਟਸ ਗ੍ਰੇਟ। ਹਾਂਜੀ ਮੈਂ ਏਅਰਪੋਰਟ ਆ ਜਾਵਾਂਗਾ। ਠੀਕ ਹੈ ਪਾਪਾ, ਬਾਏ, ਲਵ ਯੂ। ਸਰਦਾਰਾ ਕਿਹਦੇ ਨਾਲ ਲਵ ਯੂ ਹੋਣੀ ਹੈ? ਚਾਚਾ ਡੈਡ ਦਾ ਫੋਨ ਸੀ।
ਡੈਡ ਆ ਰਹੇ ਨੇ। ਸੱਚੀ? ਹਾਂ ਚਾਚਾ। ਅਜਾ ਸਰਦਾਰ ਆਇਆ, ਮੇਰੇ ਨਾਲ ਮਖੌਲ ਨਾ ਕਰਿਆ ਕਰ। ਚਾਚਾ ਉਹਨਾਂ ਦਾ ਹੀ ਫੋਨ ਸੀ, ਉਹ ਇੰਗਲੈਂਡ ਤੋਂ ਆ ਰਹੇ ਨੇ। ਸੱਚੀ ਤੇਰੀ ਸੌ? ਸੱਚ ਮੇਰੀ ਸੌ? ਸਰਦਾਰ ਸਾਹਿਬ ਆ ਰਹੇ ਨੇ 20 ਸਾਲਾਂ ਬਾਅਦ। ਮੈਂ ਹੁਣ ਇਹ ਖਬਰ ਜਾ ਕੇ ਵੱਡੇ ਸਰਕਾਰ ਨੂੰ ਦੱਸ ਕੇ ਆਉਂਦਾ। ਸਰਦਾਰ ਸੁਰਿੰਦਰ ਸਿੰਘ ਹੈ। ਕੌਣ ਭਲਾ? ਸੁਰਿੰਦਰ ਸਿੰਘ ਹੈ। ਪੈਸੇ ਕੁੜੀਆਂ ਰੱਖ ਲੈ, ਸਰਦਾਰ ਦੇ ਆਉਣ ਦੀ ਖੁਸ਼ੀ ਕੁੜੀਆਂ ਚਾੜੀਆਂ ਚੜਾ ਲਈ ਹੈ। ਇਹ ਕੌਣ ਆ ਲਿਆ ਭਰਾ? ਸੁਰਖਾਬ ਦਾ ਡੈਡੀ। ਕੌਣ? ਸੁਰਖਾਬ ਦਾ ਡੈਡੀ ਸਰਦਾਰ ਸੁਰਿੰਦਰ ਸਿੰਘ। ਸੁਰਿੰਦਰ ਸਿੰਘ ਉਹ ਪਿੰਡ ਵਾਲਿਓ, ਵੱਡੇ ਸਰਦਾਰ ਜੀ, ਉਹ 20 ਸਾਲਾਂ ਬਾਅਦ ਵੱਡੇ 20 ਸਾਲਾਂ ਬਾਅਦ ਸਰਦਾਰ ਜੀ ਆ ਪਾਰਨੇ। ਸਰਦਾਰ ਜੀ ਵਾਪਸ ਆ ਰਹੇ ਨੇ। ਮੁਬਾਰਕਾਂ ਮੁਬਾਰਕਾਂ ਸਰਦਾਰ, ਮੁਬਾਰਕਾਂ। ਆ ਤੁਸੀਂ ਅੱਜ ਨਾ ਵਿਖਾਇਓ ਖੋਟ ਜੀ ਤੇ ਕੱਢੋ 500 ਦਾ ਨੋਟ ਜੀ। ਮੁਬਾਰਕਾਂ ਵਧਾਈਆਂ ਸਰਦਾਰ, ਵਧਾਈਆਂ। ਕੀ ਗੱਲ ਫੇਨੇ ਆ, ਤੂੰ ਅੱਜ ਇੰਨੀ ਉਧਰ ਧੁੰਮੀ ਚੁੱਕੀ ਆ। ਸਰਦਾਰ ਜਦੋਂ ਲੱਗਦੇ ਜਜਮਾਨਾਂ ਨੂੰ ਭਾਗ ਜੀ, ਫਿਰ ਫੀਨੇ ਦੀ ਘਰਾਂ ਪੈ ਦੀ ਜਾਗ ਜੀ। ਤੁਸੀਂ ਗੱਲ ਨੂੰ ਨਾ ਪਤਾ ਕਿਵਾ ਜੀ, ਤੇ ਨੋਟ 500 ਦਾ ਫੜਾ ਜੀ, ਤੇ ਨੋਟ 500 ਦਾ ਫੜਾ ਜੀ। ਨੋਟ ਕਾਨੋ ਮੈਂ ਡਾਲਰ ਦੇਨਾ ਤੈਨੂੰ ਵੱਡੇ ਨਾਡੂ ਕਾਨੋ। ਕਾਲੇ ਪੈਸੇ ਤੇ ਆਓ ਸਾਰੇ। ਖੁਸ਼ਖਬਰੀ? ਖੁਸ਼ਖਬਰੀ ਕਿਹੜੀ ਖੁਸ਼ਖਬਰੀ? ਸਰਦਾਰ ਸਾਡੇ ਬਜ਼ੁਰਗ ਬਾਦਸ਼ਾਹ ਅਕਬਰ ਦੇ ਦਰਬਾਰ ਦੇ ਵਿੱਚ ਖੁਸ਼ਖਬਰੀ ਲੈ ਕੇ ਗਏ ਸੀ ਤੇ ਬਾਦਸ਼ਾਹ ਅਕਬਰ ਨੇ ਖੁਸ਼ ਹੋ ਕੇ ਨਾ 5 ਖੋਤੇ ਸੋਨੇ ਦੇ ਮੋਹਰਾਂ ਦੇ ਲੱਦ ਕੇ ਦਿੱਤੇ ਸੀ ਤੇ ਤੂੰ ਤੇ ਗਲੂਸੀ ਵਿਖਾਈ ਜਾਣ ਡਿਆ। ਆਹੋ ਮੈਨੂੰ ਪਤਾ, ਮੋਹਰਾਂ ਰਾਜ ਸੁੱਟ ਆਇਆ ਸੀ ਤੇ 4 ਖੋਤੇ ਨੇ ਵੇਚ ਦਿੱਤੇ ਸੀ। ਪੰਜਵਾਂ ਮੇਰੇ ਨਾਲ ਤੁਰਿਆ ਜਾਂਦਾ। ਸਰਦਾਰਾ ਪੈਸੇ ਦੇਣੇ ਸੀ ਤੇ ਭਾਵੇਂ ਨਾ ਦੇ, ਪਰ ਉਤਾਰ ਫੀ ਵੇਖਾਂ ਜੀ, ਬਿਜਤੀ ਤੇ ਨਾ ਕਰ ਸਰਦਾਰਾ। ਪਰ ਪੈਸੇ ਦਿਆਂ ਕਾ ਦੇ? ਸਰਦਾਰਾ ਖੁਸ਼ਖਬਰੀ। ਕਿਹੜੀ ਖੁਸ਼ਖਬਰੀ? ਉਹ ਸਰਦਾਰਾ, ਸਰਦਾਰ ਸੁਰਿੰਦਰ ਸਿੰਘ ਇੰਗਲੈਂਡ ਤੋਂ 20 ਸਾਲਾਂ ਬਾਅਦ ਵਾਪਸ ਆਉਣ ਡਿਆ ਆ। ਕੀ? ਸਰਦਾਰਾ ਤੁਹਾਡਾ ਗੁੰਡਾ ਹੈ ਜਿਹੜੀ ਸਾਡਾ ਸਰਦਾਰ, ਸਰਦਾਰ ਸੁਰਿੰਦਰ ਸਿੰਘ 20 ਸਾਲਾਂ ਬਾਅਦ ਇੰਗਲੈਂਡੋਂ ਵਾਪਸ ਆ ਰਿਹਾ ਹੈ, ਹੋਈ ਕਿ ਨਹੀਂ ਖੁਸ਼ਖਬਰੀ? ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਫਿਨਿਆ, ਉਹਨੂੰ ਆਉਂਦੇ ਨੂੰ ਕਹਿ ਦੇਈ ਕਿ ਮੇਰੇ ਮੱਥੇ ਨਾ ਲੱਗੇ, ਨਹੀਂ ਤਾਂ ਮੇਥੋਂ ਬੁਰਾ ਕੋਈ ਨਹੀਂ ਆ। 20 ਸਾਲ ਧਿਆਨ ਨਹੀਂ ਆਇਆ ਸਾਡਾ, ਹੁਣ ਚੇਤਾ ਆਇਆ ਉਹਨੂੰ। ਕਰ ਲੈ ਗੁੱਸਾ ਸਰਦਾਰਾ, ਕਰ ਲੈ। ਤੂੰ ਉਹਦੇ ਮੱਥੇ ਲੱਗੇਗਾ ਕਿ ਨਹੀਂ ਲੱਗੇਗਾ,
ਇਹ ਤੇ ਉਦੋਂ ਹੀ ਪਤਾ ਲੱਗੂ ਜਦੋਂ ਤੇਰੇ ਸਾਹਮਣੇ ਆਊਗਾ। ਤੇਰੇ ਦਿਲ ਅੰਦਰ ਲੁਕੇ ਪਿਆਰ ਦਾ ਉਦੋਂ ਪਤਾ ਲੱਗੂ ਜਦੋਂ ਖੂਨ ਉਬਾਲੇ ਖਾ। ਹਾਂ ਬੋਲਣ ਦੀ ਤਮੀਜ਼ ਹੀ ਨੀ ਸਿਖਾਈ ਤੈਨੂੰ ਕਿਸੇ ਨੇ। ਲੋਕਾਂ ਦੀਆਂ ਜਨਾਨੀਆਂ ਸੌ ਸੌ ਸੁੱਖ ਨਾਲ ਸੁੱਖ ਦੀਆਂ ਆਪਣੇ ਘਰ ਵਾਲਿਆਂ ਵਾਸਤੇ, ਤੇ ਤੈਨੂੰ ਤੂੰ ਤੂੰ ਕਰਨ ਤੋਂ ਇਲਾਵਾ ਕੰਮ ਹੀ ਕੋਈ ਨੀ ਹੈ। ਹੋਰ ਫੁੱਲ ਟਿਕਣ ਤੁਹਾਡੇ ਵਾਸਤੇ, ਤੁਹਾਡੇ ਤੇ ਕੰਮ ਹੀ ਏਦਾਂ ਦੇ ਨੇ ਬਸ, ਬੰਦੇ ਨੂੰ ਗੁੱਸਾ ਚੜ ਹੀ ਜਾਂਦਾ ਨਾ। ਹੁਣ ਕਿਹੜੀ ਗੱਲੋਂ ਚੜ ਗਿਆ ਤੈਨੂੰ ਗੁੱਸਾ? ਰੋਣੀ ਤਾਂ ਮੈਂ ਤਾਂ ਪਈ ਆ ਵੀ ਤੁਸੀਂ ਕੁਝ ਕਰਦੇ ਹੀ ਨਹੀਂ ਨਾ। ਹੋਰ ਦੱਸ ਮੈਂ ਕੀ ਕਰਾਂ? ਅਗਲੇ ਆ ਗਏ ਨੇ ਜ਼ਮੀਨਾਂ ਸਾਂਭਣ ਵਾਲੇ। ਕੌਣ ਆ ਗਿਆ? ਤੁਹਾਡੇ ਭਾਈ ਸਾਹਿਬ ਆ ਰਹੇ ਨੇ ਇੰਗਲੈਂਡ ਤੋਂ। ਸੁਰਿੰਦਰ ਆ ਰਿਹਾ? ਹਾਂਜੀ, ਆਪ ਸੁਣ ਕੇ ਆਈ ਆ ਮੈਂ। ਅਗਲੇ ਨੇ ਪਹਿਲਾਂ ਮੁੰਡੇ ਨੂੰ ਭੇਜ ਦਿੱਤਾ ਵੀ ਬੁੱਢਾ ਕਰ ਲੈ ਕਾਬੂ, ਤੇ ਜਦੋਂ ਬੁੱਢਾ ਹੋ ਗਿਆ ਨਾ ਬਸ, ਤੇ ਹੁਣ ਆਪ ਆਉਣ ਲੱਗਾ ਸਭ ਕੁਝ ਸਾਂਭਣ ਲਈ। ਉਹ ਆ ਕੇ ਸਾਂਝੀ ਜ਼ਮੀਨ ਦਾ ਹਿਸਾਬ ਵੀ ਮੰਗੇ, ਪਰ ਮੈਂ ਤੇ ਕਦੀ ਹਿਸਾਬ ਕਿਤਾਬ ਕੀਤਾ ਹੀ ਨਹੀਂ। ਤੂੰ ਆਪਣਾ ਪਿੱਟ ਸਿਆਪਾ ਬਾਅਦ ਚ ਕਰ ਲਈ, ਪਹਿਲਾਂ ਅੰਦਰੋਂ ਲਿਆ ਕੇ ਮੈਨੂੰ ਕਾਪੀ ਪੈਨ ਫੜਾ, ਮੈਂ ਕੋਈ ਹਿਸਾਬ ਕਿਤਾਬ ਤੇ ਬਣਾਵਾਂ। ਬਾਅਦ ਚ ਕੀ ਹੁੰਦਾ ਇਹ ਬਾਅਦ ਚ ਹੀ ਦੇਖੀ ਜਾਊ। Da 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 da